ਖਬਰ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਨੇਤਾਵਾਂ ਨੂੰ ਪਾਰਟੀ ਦੇ ਵਿਸਤਾਰ ਅਤੇ ਮਜ਼ਬੂਤੀ ਲਈ ਤੰਦਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਨਵੀਂ ਦਿੱਲੀ ਵਿੱਚ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ 'ਚ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਆਤਮ ਨਿਰਭਰ ਭਾਰਤ ਅਤੇ ਨਵੇਂ ਖੇਤੀ ਕਾਨੂੰਨਾਂ ਤੇ ਚਰਚਾ ਕੀਤੀ ਗਈ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੱਕ ਵਿਸ਼ਵਵਿਆਪੀ ਮੁੱਦਾ ਨੇ ਤੇਲ ਉਤਪਾਦਕ ਦੇਸ਼ਾਂ ਦੀ ਸੰਸਥਾ OPEC ਨੂੰ ਇਸ ਬਾਰੇ ਫੈਸਲਾ ਲੈਣਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਗੁਰੂ ਰਵਿਦਾਸ ਜੀ ਵਰਗੇ ਮਹਾਨ ਸੰਤ ਸਮੁੱਚੀ ਮਨੁੱਖਤਾ ਨਾਲ ਸੰਬੰਧ ਰੱਖਦੇ ਨੇ। ਦੇਸ਼ ਦਾ ਸੰਵਿਧਾਨ ਗੁਰੂ ਰਵਿਦਾਸ ਜੀ ਦੇ ਦਰਸ਼ਨ ਸ਼ਾਸਤਰ ਦਾ ਬਿਹਤਰੀਨ ਨਮੂਨਾ ਹੈ। ਦੇਸ਼ ਵਿੱਚ ਝੋਨੇ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 15.91% ਵਧੀ 94 ਲੱਖ ਕਿਸਾਨਾਂ ਨੂੰ ਐਮਐਸਪੀ ਤੇ ਖਰੀਦੇ ਗਏ ਝੋਨੇ ਲਈ 1.22 ਲੱਖ ਕਰੋੜ ਰੁਪਏ ਦੀ ਰਕਮ ਅਦਾ ਕੀਤੀ ਗਈ ਹੈ। ਪੂਰਬੀ ਲਦਾਖ ਦੇ ਵਿਵਾਦਿਤ ਖੇਤਰ ਤੋਂ ਫੌਜਾਂ ਹਟਾਉਣ ਬਾਰੇ ਭਾਰਤ ਅਤੇ ਚੀਨ ਦੀ ਕਮਾਂਡਰ ਪੱਧਰ ਦੀ 10ਵੇਂ ਗ੍ਰੇਡ ਦੀ ਗੱਲਬਾਤ ਖਤਮ ਗੱਲਬਾਤ ਦੌਰਾਨ ਪੈਂਗੋਂਗ ਤੋਂ ਚੀਨ ਦੀ ਫੌਜ ਦੇ ਹਟਣ ਤੋਂ ਬਾਅਦ ਅਗਲੇ ਗ੍ਰੇਡ ਦੀ ਗੱਲਬਾਤ ਹੋਵੇਗੀ। ਦੇਸ਼ਵਿੱਚ ਕੋਵਿਡ ਟੀਕਾ ਲਗਾਉਣ ਵਾਲੇ ਵਿਅਕਤੀਆਂ ਦਾ ਅੰਕੜਾ 1 ਕਰੋੜ 10 ਲੱਖ ਤੋਂ ਪਾਰ ਕੋਵਿਡ ਤੋਂ ਠੀਕ ਹੋਣ ਦੀ ਦਰ 97.25 ਫੀਸਦੀ ਹੋਈ ਪਟਿਆਲਾ ਵਿੱਚ ਮਾਤ ਭਾਸ਼ਾ ਦਿਵਸ ਮਨਾਇਆ ਗਿਆ ਜਿਸ ਵਿੱਚ ਪੰਜਾਬੀ ਦੇ ਉੱਗੇ ਸਾਹਿਤਕਾਰਾਂ ਕਵੀਆਂ ਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਸ਼ਰਕਤ ਕੀਤੀ ਪੰਜਾਬ ਦੇ ਖੇਡ ਸਨਤਕਾਰਾਂ ਵਿੱਚ 27 ਫਰਵਰੀ ਤੋਂ 2 ਮਾਰਚ ਤੱਕ ਕਰਵਾਏ ਜਾਣ ਵਾਲੇ ਦਾ ਇੰਡੀਆ ਟਵਾਈ ਫੇਅਰ 2021 ਨੂੰ ਲੈ ਕੇ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ। ਕ੍ਰਿਕਟ ਇੰਡੀਆ ਨੇ 12 ਮਾਰਚ ਤੋਂ ਇੰਗਲੈਂਡ ਵਿਰੁੱਧ ਖੇਡੀ ਜਾਣ ਵਾਲੀ 5 T20 ਮੈਚਾਂ ਦੀ ਲੜੀ ਲਈ 19 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਦੇ ਵਿਸਥਾਰ ਅਤੇ ਇਸ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਅੱਜ ਨਵੀਂ ਦਿੱਲੀ ਵਿੱਚ ਐਨਡੀਐਮਸੀ ਕਨਵੈਨਸ਼ਨ ਸੈਂਟਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜਨਤਾ ਤੱਕ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ ਅਤੇ ਉਹਨਾਂ ਇਹਨਾਂ ਦਾ ਲਾਭ ਉਠਾ ਸਕਣ ਉਨ੍ਹਾਂ ਕੇ ਹਕੀਲ ਸਰਕਾਰ ਲਗਾਤਾਰ ਸੁਧਾਰ ਕਰਕੇ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਲਾ ਜਾ ਰਹੀ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਅਹੁਦੇਦਾਰਾਂ, ਪਾਰਟੀ ਦੇ ਸੂਬਾ ਇੰਚਾਰਜਾਂ, ਸੂਬਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ। ਪਾਰਟੀ ਦੇ ਜਨਰਲ ਸਕੱਤਰ ਅਰुण ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਦੇ ਅਹੁਦੇਦਾਰਾਂ ਦਾ ਮਾਰਗਦਰਸ਼ਨ ਵੀ ਕੀਤਾ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਕੋਰੋਨਾ ਵਾਇਰਸ ਮਹਾਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਅਰੁਣ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਦੇਸ਼ ਦੇ ਪੰਜ ਸੂਬਿਆਂ ਪੱਛਮੀ ਬੰਗਾਲ ਅਸਾਮ ਤਮਿਲਨਾਡੂ ਕੇਰਲ ਅਤੇ ਪੌਂਡੂਚੇਰੀ ਵਿਧਾਨ ਸਭਾ ਦੀਆਂ ਚੋਣਾਂ ਆਤਮ ਨਿਰਭਰ ਭਾਰਤ ਅਭਿਆਨ ਅਤੇ ਨਵੇਂ ਖੇਤੀ ਕਾਨੂੰਨਾਂ ਤੇ ਵੀ ਚਰਚਾ ਕੀਤੀ ਗਈ ਔਰ ਮਾਨੇ ਪ੍ਰਧਾਨ ਮੰਤਰੀ ਜੀ ਔਰ ਰਾਸ਼ਟਰੀ ਅਧਿਕਾਰੀ ਜੀ ਦੁਆਰਾ ਦੀਪ ਪ੍ਰਜਵਲਨ ਉਸਕੇ ਬਾਅਦ ਬੰਦੇ ਮਾਤਰਮ ਔਰ ਕੋਵਿਡ-19 ਕੇ ਸੰਕਰਮਣ ਕੇ ਕਾਰਨ ਬਹੁਤ ਸਾਰੇ ਲੋਗ ਹਮ ਸਭ ਕੇ ਵਿਚ ਮੇ ਨਹੀਂ ਹੈ ਉਨਕੇ ਲਈ ਸ਼ੋਕ ਪ੍ਰਸਤਾਵ ਵਾਪਾਰਿਤ ਹੁਆ ਕੇਂਦਰੀ ਵਿੱਤ ਮੰਤਰੀ ਨਰਮਲਾ ਸੀ타 ਰਮਨ ਨੇ ਕਿਹਾ ਹੈ ਕਿ ਕੇਂਦਰੀ ਬਜਟ 5 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਤੋਂ ਪਾਰ ਜਾ ਰਿਹਾ ਹੈ ਚੇਨਈ ਵਿੱਚ ਅੱਜ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਫੈਸਲਾ ਤੇਲ ਉਤਪਾਦਕ ਦੇਸ਼ਾਂ ਦੀ ਸੰਸਥਾ OPEC ਨੂੰ ਲੈਣਾ ਹੈ ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਵਿਸ਼ਵਵਿਆਪੀ ਮੁੱਦਾ ਨੇ ਉਨਾ ਇਹ ਵੀ ਕਿਹਾ ਕਿ ਜੀਐਸਟੀ ਨੂੰ ਇੱਕ ਬਰਾਬਰ ਤਰਕ ਸੰਗਤ ਬਣਾਉਣ ਲਈ ਕੇਂਦਰ ਅਤੇ ਰਾਜਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਸਰਕਾਰ ਨੂੰ ਇੱਕ ਕਲਿਆਣਕਾਰੀ ਰਾਸ਼ਟਰ ਦੱਸਦਿਆਂ ਸਿ타ਰਮਨ ਨੇ ਕਿਹਾ ਕਿ ਸਰਕਾਰ ਦੇਸ਼ ਵਾਸੀਆਂ ਦੀ ਸਿਹਤ ਅਤੇ ਸਿੱਖਿਆ ਤੇ ਧਿਆਨ ਦੇ ਰਹੀ ਹੈ ਅਤੇ ਜਾਇਜ਼ ਤੌਰ ਤੇ ਧਨ ਦੌਲਤ ਪੈਦਾ ਕਰਨ ਤੇ ਸਹਾਇਤਾ ਦੇ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਟੈਕਸਾਂ ਦੇ ਘੇਰੇ ਨੂੰ ਨਾ ਵਧਾਇਆ ਗਿਆ ਤਾਂ ਵਿਕਾਸ ਅਤੇ ਸੁਧਾਰ ਸੰਭਵ ਨਹੀਂ ਹੋ ਸਕਣਗੇ राष्ट्रपति रामनाथ कोविंद ने कहा है कि गुरु रविदास जी वरगे महान संत समूची मनुखता ਨਾਲ ਸੰਬੰਧ ਰੱਖਦੇ ਨੇ ਨਵੀਂ ਦਿੱਲੀ ਵਿੱਚ ਅੱਜ ਸ੍ਰੀ ਗੁਰੂ रविदास ਵਿਸ਼ਵ ਮਹਾਪੀਠ ਰਾਸ਼ਟਰੀ ਅਦਿਵੇਸ਼ਣ 2021 ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਗੁਰੂ रविदास जी ਭਾਵੇਂ ਕਿਸੇ ਵੀ ਸਮਾਜ ਜਾਂ ਧਰਮ ਵਿੱਚ ਪੈਦਾ ਹੋਏ ਪਰ ਉਹਨਾਂ ਵਰਗੇ ਸੰਤ ਹਰ ਤਰ੍ਹਾਂ ਦੀਆਂ ਹੱਦਾਂ ਤੋਂ ਉੱਪਰ ਹੁੰਦੇ ਨੇ ਉਹਨਾਂ ਦਾ ਕਿਸੇ ਵਿਸ਼ੇਸ਼ ਜਾਤ ਧਰਮ ਜਾਂ ਵਰਗ ਨਾਲ ਸੰਬੰਧ ਨਹੀਂ ਹੁੰਦਾ ਅਤੇ ਉਹ ਸਮੂੱਚੀ ਮਨੁੱਖਤਾ ਦੀ ਭਲਾਈ ਲਈ ਹੀ ਕੰਮ ਕਰਦੇ ਨੇ ਉਹਨਾਂ ਦਾ ਸਮੁੱਚਾ ਜੀਵਨ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਅਤੇ ਸੌੜੀ ਸੋਚ ਤੋਂ ਪਰਾਂ ਹੁੰਦਾ ਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੁਰੂ ਰਵੀਦਾਸ ਜੀ ਦੇ ਸਮਾਜਿਕ ਨਿਆਂ ਸਮਾਨਤਾ ਅਤੇ ਭਾਈਚਾਰਕ ਸਾਂਝ ਵਾਲੇ ਦਰਸ਼ਨ ਸ਼ਾਸਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਇਸ ਦਰਸ਼ਨ ਸ਼ਾਸਤਰ ਨੇ ਸਾਡੀਆਂ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਮਜ਼ਬੂਤੀ ਦਿੱਤੀ ਏ ਉਹਨਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਦੇ ਸਿਧਾਂਤ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਪ੍ਰਗਟਾਈਆਂ ਗਈਆਂ ਕਦਰਾਂ ਕੀਮਤਾਂ ਦੇ ਆਲੇ-ਦੁਆਲੇ ਹੀ ਘੁੰਮਦੇ ਨੇ ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਰਵਿਦਾਸ ਜੀ ਦੇ ਦਰਸਾਏ ਰਸਤੇ ਤੇ ਚੱਲਦਿਆਂ ਆਪਣੀ ਸੋਚ ਅਤੇ ਵਿਹਾਰ ਵਿੱਚ ਤਬਦੀਲੀ ਲਿਆਉਣ। ਉਹਨਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਦੇਸ਼ ਵਿੱਚ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਨੂੰ ਵਧਾਉਣ ਵਿੱਚ ਮਦਦ ਕਰਨਗੀਆਂ। ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ ਜੋ ਬਰਾਬਰੀ ਅਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਮੁਕਤ ਹੋਵੇ। ਆਧੁਨਿਕ ਭਾਰਤ ਦੀ ਸ਼ਾਸਨ ਵਿਵਸਥਾ ਦੀ ਦਿਸ਼ਾ ਬਤਾਨਣ ਵਾਲੇ ਸਾਡੇ ਸੰਵਿਧਾਨ ਵਿੱਚ ਉਲਲਿਖਿਤ ਅਨੇਕ ਨੀਤੀ ਨਿਰਦੇਸ਼ਕ ਤੱਤ जिन्हें हम डायरेक्टिव प्रिंसिपल्स ऑफ स्टेट कहते हैं उनके बारे में भी गुरु रविदास द्वारा सुझाए गए मार्ग का अनुसरण किया गया है समान न्याय और निशुल्क कानूनी सहायता काम करने की मानवोचित व्यवस्था श्रमिकों के लिए निर्वाह व मजदूरी अनुसूचित जातियों जनजातियों और अन्य दुर्बल वर्गों की शिक्षा व आर्थिक हितों से संबंधित नीति निर्देशक तत्वों में भी श्री गुरु रविदास जी द्वारा प्रसारित आदर्श परिलक्षित होते हैं ਦੇਸ਼ ਵਿੱਚ ਚੱਲ ਰਹੇ ਮੌਜੂਦਾ ਖਰੀਫ ਮੰਡੀਕਰਨ ਸੀਜ਼ਨ ਵਿੱਚ ਝੋਨੇ ਦੀ ਖਰੀਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 15.91% ਦਾ ਵਾਧਾ ਦਰਜ ਕੀਤਾ ਗਿਆ ਹੈ ਇੱਕ ਸਰਕਾਰੀ ਬੁਲਾਰੇ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਬੀਤੇ ਦਿਨ ਤੱਕ 651 ਲੱਖ ਟਨ ਤੋਂ ਵੱਧ ਦਾ ਝੋਨਾ ਖਰੀਦਿਆ ਜਾ ਚੁੱਕਾ ਸੀ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 561 ਲੱਖ ਟਨ ਝੋਨਾ ਖਰੀਦਿਆ ਗਿਆ ਸੀ ਬੁਲਾਰੇ ਨੇ ਕਿਹਾ ਕਿ ਝੋਨੇ ਦੀ ਕੁੱਲ ਖਰੀਦ ਵਿੱਚੋਂ 202 ਲੱਖ ਟਨ ਝੋਨਾ ਸਿਰਫ ਪੰਜਾਬ ਵਿੱਚੋਂ ਹੀ ਖਰੀਦਿਆ ਗਿਆ ਹੈ ਜੋ ਝੋਨੇ ਦੀ ਕੁੱਲ ਖਰੀਦ ਦਾ 31% ਬਣਦਾ ਹੈ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦੇ ਗਏ ਝੋਨੇ ਨਾਲ 94 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ ਅਤੇ 1.22 ਲੱਖ ਕਰੋੜ ਰੁਪਏ ਦੀ ਰਕਮ ਦੀ ਅਦਾਇਗੀ ਉਹਨਾਂ ਨੂੰ ਕੀਤੀ ਜਾ ਚੁੱਕੀ ਹੈ ਬੁਲਾਰੇ ਨੇ ਕਿਹਾ ਕਿ ਸਰਕਾਰ ਮੌਜੂਦਾ ਐਮਐਸਪੀ ਸਕੀਮ ਨੂੰ ਸਰ ਕਿਸਾਨਾਂ ਤੋਂ ਐਮਐਸਪੀ ਤੇ ਖਰੀਫ ਫਸਲਾਂ ਦੀ ਖਰੀਦ ਜਾਰੀ ਰੱਖੇਗੀ ਬੁਲਾਰੇ ਨੇ ਕਿਹਾ ਕਿ ਦੇਸ਼ ਦੇ 21 ਸੂਬਿਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲਦਾਖ ਦੇ ਵਿਵਾਦਤ ਖੇਤਰ ਵਿੱਚੋਂ ਚੀਨੀ ਫੌਜ ਨੂੰ ਹਟਾਉਣ ਲਈ ਕਮਾਂਡਰ ਪੱਧਰ ਦੀ 10ਵੇਂ ਗ੍ਰੇਡ ਦੀ ਗੱਲਬਾਤ ਅੱਜ ਤੜਕੇ ਖਤਮ ਹੋ ਗਈ ਇਹ ਗੱਲਬਾਤ ਚੀਨ ਚੀਨ ਵਾਲੇ ਪਾਸੇ ਮੌਲਦੋ ਬੀਓਪੀ ਤੇ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬ੍ਰੇਸ਼ਨ ਆਰਮੀ ਪੀਐਲਏ ਦੇ ਕਮਾਂਡਰਾਂ ਵਿਚਾਲੇ ਹੋਈ ਇਸ ਮੀਟਿੰਗ ਵਿੱਚ ਭਾਰਤੀ ਵਫਦ ਦੀ ਅਗਵਾਈ ਫਾਇਰ ਅਤੇ ਫਿਊਰੀ ਦੇ ਜੀਓਸੀ ਲੈਫਟਨੈਂਟ ਜਨਰਲ ਪੀਜੇਕੇ ਮਹਨਨ ਨੇ ਕੀਤੀ ਜਦਕਿ ਦੱਖਣੀ ਸ਼ਿੰਜਾਂਗ ਸੈਨਾ ਦੇ ਡਿਸਟ੍ਰਿਕਟ ਕਮਾਂਡਰ ਲਿਓਲਿਨ ਨੇ ਪੀਐਲਏ ਦੇ ਅਧਿਕਾਰੀਆਂ ਦੀ ਅਗਵਾਈ ਕੀਤੀ ਅਗਲੇ ਗੇਟ ਦੀ ਗੱਲਬਾਤ ਪੈਂਗਾਂਗ ਤਸੋ ਤੋਂ ਪੀਐਲਏ ਦੇ ਹਟਣ ਦੀ ਕਾਰਵਾਈ ਤੋਂ ਬਾਅਦ ਫਿੰਗਰ 8 ਤੋਂ ਪਰਾਂ ਹੋਵੇਗੀ ਸੂਤਰਾਂ ਅਨੁਸਾਰ ਹੁਣ ਤੱਕ ਹੋਈ ਗੱਲਬਾਤ ਵਿੱਚ ਗੋਗਰਾ ਪੋਸਟ ਹੌਟ ਸਪ੍ਰਿੰਗ ਤੇ ਰਣਨੀਤਿੰਗ ਇਨ ਰਣਨੀਤਿਕ ਦੀਪਸਾਂਗ ਵਰਗੇ ਬਿੰਦੂਆਂ ਤੇ ਫੌਜਾਂ ਦੀ ਵਾਪਸੀ ਤੇ ਚਰਚਾ ਹੋ ਚੁੱਕੀ ਹੈ ਜਿੱਥੇ ਚੀਨੀ ਅਤੇ ਭਾਰਤੀ ਜਵਾਨ ਅਜੇ ਤੱਕ ਆਮੋ ਸਾਹਮਣੇ ਨੇ ਇਸ ਤੋਂ ਪਹਿਲਾਂ ਕਮਾਂਡਰ ਪੱਦਰ ਦੀ ਹੋਈ ਗਲਵਾਦ ਦੇ ਢੇੜਾਂ ਵਿੱਚ April 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਰੱਖਣ ਅਤੇ ਫੌਜਾਂ ਨੂੰ ਵਾਪਸ ਬੁਲਾਉਣ ਤੇ ਫੈਸਲਾ ਹੋਇਆ ਸੀ ਫੌਜਾਂ ਆਪ ਵਾਪਸ ਬੁਲਾਉਣ ਤੋਂ ਇਲਾਵਾ ਆਉਣ ਵਾਲੇ ਗਰੇਜ਼ਿੰਗ ਮੌਸਮ ਤੇ ਵਿਚਾਰ ਕਰਨ ਲਈ ਭਾਰਤ ਵੱਲੋਂ ਰਵਾਇਤੀ ਗਰੇਜ਼ਿੰਗ ਜ਼ਮੀਨਾਂ ਦੇ ਖੇਤਰ ਤੇ ਵੀ ਗੱਲਬਾਤ ਦੀ ਪਹਿਲ ਕੀਤੀ ਗਈ ਸੀ ਲੈਫਟਨੈਂਟ ਜਨਰਲ ਪੀ ਜੇ ਕੇ ਮੈਨਨ ਵੱਲੋਂ ਦਸਵੇਂ ਗੇਟ ਦੀ ਗੱਲਬਾਤ ਦੇ ਨਤੀਜੇ ਬਾਰੇ ਦਿੱਲੀ ਵਿਖੇ ਸਥਿਤ ਸੈਨਾ ਦੇ ਹੈੱਡਕੁਆਰਟਰ ਨੂੰ ਜਾਣਕਾਰੀ ਦਿੱਤੇ ਜਾਣ ਦੀ ਸੰਭਾਵਨਾ ਹੈ ਦੇਸ਼ ਦੇ ਕਈ ਸੂਬਿਆਂ ਵਿੱਚ ਕੋਵਿਡ-19 ਮਹਾਮਾਰੀ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੇਂਦਰ ਨੇ ਸੂਬਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ-ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਮਹਾਮਾਰੀ ਦੀ ਰੋਕਥਾਮ ਲਈ ਵਿਆਪਕ ਨਿਗਰਾਨੀ ਦੇ ਨਾਲ-ਨਾਲ ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲੈ ਟੁਕਮੇ ਅਤੇ ਜ਼ਰੂਰੀ ਕਦਮ ਚੱਕਣ ਸਿਹਤ ਅਤੇ ਪ੍ਰਵਾਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਮਹਾਰਾਸ਼ਟਰ ਕੇਰਲ ਆਂਧਰਾ ਪ੍ਰਦੇਸ਼ ਗੋਆ ਅਤੇ ਚੰਡੀਗੜ੍ਹ ਵਿੱਚ ਕੋਵਿਡ ਮਹਾਮਾਰੀ ਦੇ ਹਫਤਾਵਾਰੀ ਪੁਸ਼ਟੀ ਵਾਲੇ ਮਾਮਲਿਆਂ ਦੀ ਦਰ ਰਾਸ਼ਟਰੀ ਔਸਤ ਦਰ ਨਾਲੋਂ ਵੱਧੇ ਮੰਤਰਾਲਾ ਨੇ ਕਿਹਾ ਹੈ ਕਿ ਆਰਟੀਪੀਸੀਆਰ ਟੈਸਟਾਂ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ ਪਿਛਲੇ 4 ਹਫਤਿਆਂ ਵਿੱਚ ਕੇਰਲ ਵਿੱਚ ਹਫਤਾਵਾਰੀ ਔਸਤ ਕੋਵਿਡ ਮਾਮਲੇ 34800 ਤੋਂ 42000 ਵਿਚਾਲੇ ਰਹੇ ਨੇ ਜਦਕਿ ਮਹਾਰਾਸ਼ਟਰ ਵਿੱਚ ਹਫਤਾਵਾਰੀ ਮਾਮਲਿਆਂ ਦੇ ਰੁਝਾਨ ਵਿੱਚ 3000 ਤੋਂ 3100 ਮਾਮਲੇ ਵਾਦਾ ਦਰਜ ਕੀਤਾ ਗਿਆ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 432000 ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਗਿਆ ਜਿਸ ਨਾਲ ਹੁਣ ਤੱਕ ਦੇਸ਼ ਵਿੱਚ 1 ਕਰੋੜ 10 ਲੱਖ 85000 ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਚੁੱਕਾ ਹੈ ਭਾਰਤ ਕੋਵਿਡ ਟੀਕਾ ਲਗਾਉਣ ਦੇ ਮਾਮਲੇ ਵਿੱਚ ਲਗਾਤਾਰ ਨਵੇਂ ਮੀਲ ਪੱਥਰ ਕਾਇਮ ਕਰ ਰਿਹਾ ਹੈ ਅਤੇ ਤੇਜ਼ ਰਫ਼ਤਾਰ ਨਾਲ 1 ਕਰੋੜ 10 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਵਾਲਾ ਭਾਰਤ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ ਇਸੇ ਦੌਰਾਨ ਦੇਸ਼ ਵਿੱਚ ਕੋਵਿਡ 19 ਮਹਾਮਾਰੀ ਤੋਂ ਠੀਕ ਹੋਣ ਦੀ ਦਰ 97. 5 ਫੀਸਡ ਹੋ ਗਈ ਹੈ ਬੀਤੇ 24 ਘੰਟਿਆਂ ਦੌਰਾਨ 11667 ਲੋਕ ਸਿਹਤਯਾਬ ਹੋਏ ਨੇ ਅਤੇ ਹੁਣ ਤੱਕ ਦੇਸ਼ ਵਿੱਚ 1 ਕਰੋੜ 6 ਲੱਖ 99 ਹਜ਼ਾਰ ਤੋਂ ਵੱਧ ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਮੰਤ੍ਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 14264 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਅਤੇ ਦੇਸ਼ ਵਿੱਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 145000 ਦੇ ਕਰੀਬ ਹੈ ਜੋ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ ਸਿਰਫ 1.32% ਬਣਦਾ ਹੈ ਮੰਤ੍ਰਾਲਾ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 90 ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋਈ ਹੈ ਅਤੇ ਹੁਣ ਤੱਕ ਦੇਸ਼ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 155302 ਹੈ 27 ਫਰਵਰੀ ਤੋਂ 2 ਮਾਰਚ ਤੱਕ ਭਾਰਤ ਸਰਕਾਰ ਵੱਲੋਂ ਦਾ ਇੰਡੀਆ ਟਵਾਈਅਰ 2021 ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਕੌਮੀ ਖਡਾਉਣਾ ਮੇਲੇ ਨੂੰ ਲੈ ਕੇ ਪੰਜਾਬ ਦੇ ਸਥਾਨਕ ਖੇਡ ਕਾਰੋਬਾਰੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮੇਲੇ ਨਾਲ ਸਵਦੇਸ਼ੀ ਖਡਾਉਣਿਆਂ ਅਤੇ ਖੇਡਾਂ ਦੇ ਸਮਾਨ ਦੇ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਆਤਮ ਨਿਰਭਰ ਭਾਰਤ ਅਤੇ ਵੋਕਲ ਫਾਰ ਲੋਕਲ ਮੂਹਮ ਦੇ ਬੁਨਿਆਦੀ ਵਿਸ਼ਿਆਂ ਦੇ ਪ੍ਰੋਮੋਸ਼ਨ ਵਿੱਚ ਮਦਦ ਮਿਲੇਗੀ ਭਾਰਤ ਖਡਾਉਣਾ ਮੇਲਾ 2021 ਨੂੰ ਲੈ ਕੇ ਪ੍ਰਸਾਰ ਭਾਰਤੀ ਦੇ ਨੁਮਾਇੰਦੇ ਜਲੰਧਰ ਦੀ ਖੇਡਾਂ ਦਾ ਸਮਾਨ ਬਣਾਉਣ ਵਾਲੀ ਇੱਕ ਨਾਮੀ ਕੰਪਨੀ ਦੇ ਨਿਰਦੇਸ਼ਕ ਰਜਿੰਦਰ ਪ੍ਰਸਾਦ ਮਹਾਜਨ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਉਹਨਾਂ ਦੀ ਕੰਪਨੀ ਵੀ ਭਾਗ ਲੈ ਰਹੀ ਏ। ਰਜਿੰਦਰ ਪ੍ਰਸਾਦ ਮਹਾਜਨ ਦਾ ਕਹਿਣਾ ਹੈ ਕਿ ਅਜਿਹੇ ਸਮਾਗਮਾਂ ਨਾਲ ਨੀਤੀ ਘੜਿਆਂ ਅਤੇ ਪੂਰਤੀਕਾਰਾਂ, ਨਿਵੇਸ਼ਕਾਂ, ਉਦਯੋਗਾਂ ਦੇ ਮਹਾਰਾਂ, ਸੂਖਮ ਅਤੇ ਛੋਟੇ ਸਟਾਰਟਅੱਪਸ, ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕੋ ਹੀ ਮੰਚ ਤੇ ਲਿਆਉਣਾ ਇਹ ਅਤੇ ਨਾਲ ਹੀ ਭਾਰਤੀ ਖਡਾਉਣਾ ਉਦਯੋਗ ਦੀ ਪ੍ਰਗਤੀ ਵਿੱਚ ਅਜਿਹੇ ਮੇਲੇ ਵਿਸ਼ਵ ਪੱਧਰ ਤੇ ਮੁਕਾਬਲੇ ਦਾ ਮੌਕਾ ਦਿੰਦੇ ਨੇ ਇਸ ਮੇਲੇ ਵਿੱਚ ਮੁੱਖ ਤੌਰ ਤੇ 1000 ਤੋਂ ਵੱਧ ਵਰਚੁਅਲ ਸਟਾਲਾਂ ਦੇ ਨਾਲ-ਨਾਲ ਇੱਕ ਵਰਚੁਅਲ ਪ੍ਰਦਰਸ਼ਨੀ ਸੂਬਾ ਸਰਕਾਰਾਂ ਵੱਲੋਂ ਵੈਬਿਨਾਰ ਦਾ ਆਯੋਜਨ ਖਡਾਉਣਿਆਂ ਤੇ ਆਧਾਰਿਤ ਸਿਖਲਾਈ ਅਤੇ ਸਿੱਖਿਆ ਸਮੇਤ ਹੋਰ ਖੇਤਰਾਂ ਦੇ ਮਾਹਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਪੈਨਲ ਚਰਚਾ ਅਤੇ ਵੈਬਿਨਾਰਾਂ ਦੇ ਨਾਲ-ਨਾਲ ਗਿਆਨ ਇਜਲਾਸ ਹੱਥ ਕਲਾ ਪ੍ਰਦਰਸ਼ਨੀਆਂ ਮੁਕਾਬਲੇ ਕੁਇਜ਼ ਵਰਚੁਅਲ ਟੂਰ ਅਤੇ ਉਤਪਾਦਾਂ ਨੂੰ ਉਤਾਰਨਾ ਆਦ ਸ਼ਾਮਲੇ ਭਾਰਤ ਖਡਾਉਣਾ ਮੇਲੇ ਬਾਰੇ ਗੱਲਬਾਤ ਕਰਦੇ ਹਾਂ ਜਨਕ ਰਾਜ ਮਹਾਜਨ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਬਹੁਤ ਵੱਡਾ ਕਦਮ ਹੈ ਅਤੇ ਇਸ ਨਾਲ ਨਾ ਸਿਰਫ ਕਰੇਡਲੂ ਵਪਾਰ ਨੂੰ ਫਾਇਦਾ ਹੋਵੇਗਾ ਸਗੋਂ ਰੋਜ਼ਗਾਰ ਵਿੱਚ ਵੀ ਵਾਧਾ ਹੋਵੇਗਾ ਪਟਿਆਲਾ ਵਿੱਚ ਅੱਜ ਮਾਤ ਭਾਸ਼ਾ ਦਿਵਸ ਮਨਾਇਆ ਗਿਆ ਜਿਸ ਵਿੱਚ ਪੰਜਾਬੀ ਦੇ ਉੱਗੇ ਸਾਹਿਤਕਾਰਾਂ ਕਵੀਆਂ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਪੰਜਾਬੀ ਆਲੋਚਕ ਡਾਕਟਰ ਤਨਵੰਤ ਕੌਰ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਰਾਜ ਭਾਸ਼ਾ ਬਣਾਉਣ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ ਕਾਰਨ ਹੀ ਉਨ੍ਹਾਂ ਭਾਈ ਕਾਨ ਸਿੰਘ ਨਾਬਾ ਨੂੰ ਪੰਜਾਬੀ ਭਾਸ਼ਾ ਦਾ ਪਹਿਲਾ ਐਨਸਾਈਕਲੋਪੀਡੀਆ ਰਚਨ ਦੀ ਜ਼ਿੰਮੇਵਾਰੀ ਦਿੱਤੀ ਸੀ। ਡਾਕਟਰ ਤਨਵੰਤ ਕੌਰ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਮ ਪੰਜਾਬੀ ਨੂੰ ਪਰਫੁੱਲਤ ਕਰਨ ਲਈ ਉਹਨਾਂ ਦੇ ਵੱਡਮੁੱਲੇ ਯੋਗਦਾਨ ਨੂੰ ਅਸੀਂ ਯਾਦ ਕਰਦੇ ਹਾਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਸਾਹਿਤ ਰਤਨ ਓਮ ਪ੍ਰਕਾਸ਼ ਗਲਸੋਂ ਨੇ ਕਿਹਾ ਕਿ ਪੰਜਾਬੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਨੇ ਅਤੇ ਪੰਜਾਬੀ ਅਤੇ ਪੰਜਾਬੀਅਤ ਦਾ ਪਸਾਰ ਅਤੇ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਦਾ ਨਾਂ ਉੱਚਾ ਕਰਨ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ ਅੱਜ ਦੇ ਇਸ ਸਮਾਗਮ ਦੌਰਾਨ ਉੱਬਰ ਦੇ ਕਵੀਆਂ ਵੱਲੋਂ ਪੰਜਾਬੀ ਬੋਲੀ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ ਇਸ ਸਮਾਗਮ ਨੂੰ ਪਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਕਰਮਜੀਤ ਕੌਰ ਸਮੇਤ ਹੋਰ ਕਈ ਉੱਗੀਆਂ ਸ਼ਖਸੀਤਾਂ ਨੇ ਸੰਬੋਧਨ ਕੀਤਾ। ਕ੍ਰਿਕਟ ਇੰਡੀਆ ਨੇ ਅਹਮਦਾਬਾਦ ਵਿੱਚ 12 ਮਾਰਚ ਤੋਂ ਇੰਗਲੈਂਡ ਵਿਰੁੱਧ ਖੇਡੀ ਜਾਣ ਵਾਲੀ 5 T20 ਮੈਚਾਂ ਦੀ ਲੜੀ ਲਈ 19 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਥ, ਹਰਪਨ ਮੌਲਾ ਖਿਡਾਰੀ ਅਕਸ਼ਰ ਪਟੇਲ ਅਤੇ ਭਵਨੇਸ਼ਵਰ ਕੁਮਾਰ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਇਸ਼ਾਨ ਤਕਿਸ਼ਨ, ਸੂਰਿਆ ਕੁਮਾਰ, ਯਾਦਵ ਅਤੇ ਰਾਹੁਲ ਟਵਾਟੀਆਂ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਛੱਟ ਲੱਗਣ ਕਾਰਨ ਜ਼ਖਮੀ ਹੋਏ ਵਰਨ ਚੱਕਰਵਰਤੀ ਨੂੰ ਵੀ ਟੀਮ ਵਿੱਚ ਲਿਆ ਗਿਆ ਹੈ। ਉਹ ਛੱਟ ਲੱਗਣ ਕਾਰਨ ਆਸਟ੍ਰੇਲੀਆ ਵਿਰੁੱਧ ਲੜੀ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ। 19 ਮੈਂਬਰੀ ਭਾਰਤੀ ਟੀਮ ਵਿੱਚ ਸ਼ਾਮਲ ਕੀਤੇ ਗਏ ਖਿਡਾਰੀਆਂ ਵਿੱਚ ਵਿਰਾਟ ਕੋਹਲੀ ਕਪਤਾਨ, ਰੋਹਿਤ ਸ਼ਰਮਾ ਉਪ ਕਪਤਾਨ केएल राहुल, शिखर धवन, श्रेयस अय्यर, सूर्य कुमार यादव, हार्दिक पांड्या, ऋषभ पंत, ईशान्त किशन, युजवेंद्र चहल, वरुण चक्रवर्ती, अक्षर पटेल, वाशिंगटन सुंदर, राहुल टवाटिया, टी नटराजन, पुवनेश्वर कुमार, दीपक चाहर, नवदीप सैनी ਅਤੇ शार्ਦულ ઠાકુર ਸ਼ਾਮਲ ਨੇ। ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।